ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਪ੍ਰੀਤ ਸਿੰਘ ਹੈ ਐਂਡ ਐਕਚੁਲੀ ਮੈਂ ਆਸਟ੍ਰੇਲੀਆ ਦਾ ਰਹਿਣ ਵਾਲਾ ਐਂਡ ਐਜ਼ ਏ ਟਰੱਕ ਡਰਾਈਵਰ ਮੈਂ ਜੋਬ ਕਰਦਾ ਆਸਟ੍ਰੇਲੀਆ 'ਚ ਅਤੇ ਬਹੁਤ ਲੌਂਗ ਆਵਰਸ ਮੇਰੀ ਜੋਬ ਹੁੰਦੀ ਆ, ਉਸ ਕਾਰਨ ਮੇਰਾ ਵੇਟ 136 ਕਿਲੋ ਟੱਚ ਕਰ ਗਿਆ ਸੀ ਅਤੇ ਇਸ ਕਰਕੇ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਣ ਲੱਗ ਪਈਆਂ ਸੀ, ਜਿਸ ਤਰ੍ਹਾਂ ਕਿ ਬੈਕ ਪੇਨ, ਆਪਣੇ ਨੀ ਪੇਨ ਵਗੈਰਾ ਨਾ। ਅਤੇ ਫਿਰ ਮੈਂ ਜਦੋਂ ਸਰਚ ਕੀਤਾ ਵੀ ਬਾਇਓਡੈਟਿਕ ਸਰਜਰੀ ਬਾਰੇ ਤਾਂ ਮੈਨੂੰ ਗੂਗਲ ਸਰਚ ਕੀਤਾ ਤਾਂ ਉੱਥੇ ਡਾਕਟਰ ਸੂਦ ਦਾ ਮੈਨੂੰ ਬੈਸਟ ਲੱਗਾ ਸਾਰਿਆਂ ਦੇ ਵਿੱਚੋਂ। ਅਤੇ ਫਿਰ ਮੈਂ ਡਾਕਟਰ ਸੂਦ ਦੇ ਨਾਲ ਆਪਣੇ ਡਿਸਕਸ ਕੀਤਾ ਔਨ ਕਾਲ ਆਸਟ੍ਰੇਲੀਆ ਤੋਂ, ਅਤੇ ਫਿਰ ਇਹਨਾਂ ਨੇ ਮੈਨੂੰ ਸਾਰਾ ਸਰਜਰੀ ਬਾਰੇ ਦੱਸਿਆ ਵੀ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ, ਸੇਫ ਆ। ਅਤੇ ਫਿਰ ਇਹਨਾਂ ਨੇ ਮੈਨੂੰ ਆਪਣੇ ਕੁਛ ਕਲਾਇੰਟ ਸੀ ਉਹਨਾਂ ਦਾ ਨੰਬਰ ਵੀ ਮੈਨੂੰ ਸ਼ੇਅਰ ਕੀਤੇ ਮੇਰੇ ਨਾਲ, ਵੀ ਜਿਹਨਾਂ ਦੇ ਨਾਲ ਮੈਂ ਗੱਲ ਕਰਕੇ ਉਹਨਾਂ ਨੂੰ ਪੁੱਛ ਸਕਾਂ ਵੀ ਉਹ ਸਾਰਾ ਕੁਛ ਠੀਕ ਹੈ। ਅਤੇ ਉਸ ਤੋਂ ਬਾਅਦ ਫਿਰ ਮੈਂ ਫਾਈਨਲ ਡਿਸੀਜ਼ਨ ਲਿਆ ਵੀ ਮੈਂ ਇਸ ਸਰਜਰੀ ਲਈ ਜਾ ਰਿਹਾ ਵਾਂ। ਅਤੇ ਫਿਰ ਵਿਦ ਇਨ ਜਸਟ 2-3 ਡੇਜ਼ ਮੈਂ ਆਪਣੀ ਟਿਕਟ ਬੁੱਕ ਕਰਾ ਕੇ ਲਾਸਟ ਵੀਕ ਮੈਂ ਇੰਡੀਆ ਆਇਆ ਅਤੇ ਸਿੱਧਾ ਡਾਕਟਰ ਸਾਹਿਬ ਨੇ ਮੈਨੂੰ ਏਅਰਪੋਰਟ ਤੋਂ ਆਪਣੀ ਕਾਰ ਭੇਜ ਕੇ ਪਿੱਕ ਕਰਾ ਲਿਆ ਉੱਥੋਂ ਅਤੇ ਸਿੱਧਾ ਹੋਸਪਿਟਲ ਲਿਆ ਕੇ। ਅਤੇ 4th of March ਮੇਰੀ ਸਰਜਰੀ ਉਹਨਾਂ ਨੇ ਕੀਤੀ ਅਤੇ ਲਾਈਕ ਟਮੋਰੋ ਮੈਨੂੰ ਡਿਸਚਾਰਜ ਕਰ ਰਹੇ ਨੇ। ਅਤੇ ਆਫਟਰ ਸਰਜਰੀ ਵਿਦ ਇਨ 2 hours ਮੈਨੂੰ ਉਹਨਾਂ ਨੇ ਵਾਕ ਲਈ ਕਹਿਤਾ ਵੀ ਤੂੰ ਵਾਕ ਕਰ ਸਕਦਾ, ਟੋਇਲਟ ਜਾ ਸਕਦਾ। ਬੈਸਟ ਆ ਵੀ ਜਿਹਨਾਂ ਨੂੰ ਵੀ ਕਿਸੇ ਨੂੰ ਪ੍ਰੋਬਲਮ ਆ ਉਹ ਆਓ ਡਾਕਟਰ ਸੂਦ ਦੇ ਨਾਲ ਗੱਲ ਕਰੋ ਅਤੇ ਆਪਣਾ ਮੋਟਾਪਾ ਘਟਾਓ, ਕਿਉਂਕਿ ਮੋਟਾਪੇ ਦੇ ਨਾਲ ਤੁਹਾਨੂੰ ਪਤਾ ਵੀ ਅੱਗੇ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਵਾ। ਜਿੱਦਾਂ ਕਿ ਹੁਣ ਮੈਨੂੰ ਆਉਣ ਲੱਗ ਪਈਆਂ, ਸਟਾਰਟ ਹੋ ਗਈਆਂ ਸੀ, ਬਟ ਮੈਂ ਸਟਾਰਟਿੰਗ ਦੇ ਵਿੱਚ ਹੀ ਆਪਣਾ ਸੋਚ ਕੇ ਸਮਝ ਕੇ ਸਾਰਾ ਡਾਕਟਰ ਸਾਹਿਬ ਨਾਲ ਡਿਸਕਸ ਕਰਕੇ ਇਹ ਸਟੈਪ ਲਿਆ ਅਤੇ ਮੈਂ ਚਲੋ ਹੁਣ ਅੱਗੇ ਦੇਖਦੇ ਹਾਂ ਵਿਦ ਇਨ 10-15 ਡੇਜ਼ ਲੈਟਸ ਗੋ। ਹਾਂਜੀ, ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਆਪਣੇ ਵੱਲੋਂ ਕਿ ਤੁਸੀਂ ਸਾਰੇ ਜਿਹਨਾਂ ਨੂੰ ਮੋਟਾਪੇ ਦੀ ਪ੍ਰੋਬਲਮ ਆ ਔਰ ਤੁਸੀਂ ਡਾਕਟਰ ਸੂਦ ਦੇ ਨਾਲ, ਅਮਿਤ ਸੂਦ ਦੇ ਨਾਲ ਕੰਸਲਟ ਕਰੋ ਐਂਡ ਉਹ ਤੁਹਾਡੀ ਟੇਕ ਕੇਅਰ ਕਰਨਗੇ। ਅਤੇ ਬਾਕੀ ਹੋਸਪਿਟਲ ਬਾਰੇ ਤਾਂ ਸਟਾਫ ਬਹੁਤ ਵਧੀਆ, ਸਾਰਾ ਬਹੁਤ ਕੋਆਪਰੇਟਿਵ ਹੈ, ਸਾਰਿਆਂ ਨੇ ਬਹੁਤ ਹੈਲਪ ਕੀਤੀ, ਕੇਅਰ ਕੀਤੀ 3 ਦਿਨ ਮੇਰੀ। ਅਤੇ ਮੈਨੂੰ ਲੱਗਾ ਹੀ ਨਹੀਂ ਵੀ ਜਿੱਦਾਂ ਮੈਂ ਆਪਣੇ ਜਿੱਦਾਂ ਘਰ ਤੋਂ ਆਸਟ੍ਰੇਲੀਆ ਤੋਂ ਚੱਲ ਕੇ ਇੱਥੇ ਆ ਕੇ ਇਕੱਲਾ ਆ ਕੇ ਮੈਂ ਆਹ ਸਰਜਰੀ ਕਰਾ ਰਿਹਾ, ਮੈਨੂੰ ਇੱਦਾਂ ਦਾ ਕੁਛ ਵੀ ਫੀਲ ਨਹੀਂ ਹੋਇਆ ਵੀ ਬੈਸਟ ਸਰਵਿਸ ਆ। ਤੁਸੀਂ ਸਾਰੇ ਜਿਹਨਾਂ ਨੂੰ ਪ੍ਰੋਬਲਮ ਆ ਆਓ ਅਤੇ ਕੰਸਲਟ ਕਰੋ। ਥੈਂਕ ਯੂ।